ਜਾਂ ਮੈਨੂੰ ਕੰਟੈਕਟ ਕਰ ਲਓ ਜਾਂ ਮੈਂ ਭਾਜੀ ਹੋਣਾ ਦਾ ਨੰਬਰ ਬੋਲਿਆ ਉਹਨੂੰ ਕੰਟੈਕਟ ਕਰ ਲਓ। ਇੱਕ ਰਿਕੁਐਸਟ ਹੋਰ ਲਾਸਟ ਦੇ ਵਿੱਚ ਹੱਥ ਜੋੜ ਕੇ ਬੇਨਤੀ, ਮੈਨੂੰ ਬੜੇ ਦਿਨਾਂ ਤੋਂ ਫੋਨ ਆ ਰਿਹਾ ਕਿ ਵੀਰੇ ਤੇਰੇ ਬਰਥਡੇ 'ਤੇ ਕੁਛ ਸਪੈਸ਼ਲ ਕਰਨਾ। ਮੇਰੇ ਬਰਥਡੇ 'ਤੇ ਜੇ ਤੁਸੀਂ ਕੁਛ ਵੀ ਸਪੈਸ਼ਲ ਕੀਤਾ ਮੈਂ ਤੁਹਾਡੇ ਤੋਂ ਨਾਰਾਜ਼ ਹੋ ਜਾਣਾ। ਸਪੈਸ਼ਲ ਸਿਰਫ ਇਹ ਕਰ ਸਕਦੇ ਹੋ ਕਿਸੇ ਗਰੀਬ ਬੰਦੇ ਦੀ ਭਲਾਈ ਦਾ ਕੰਮ ਕਰਦੀ ਹੋ, ਕਿਸੇ ਗਰੀਬ ਬੱਚੇ ਨੂੰ ਕੇਕ ਖਵਾ ਦਿਓ, ਪੇਸਟੀ ਖਵਾ ਦਿਓ, ਕਿਸੇ ਨੂੰ ਦਵਾਈਆਂ ਲੈ ਦਿਓ, ਕਿਸੇ ਦਾ ਇਲਾਜ ਕਰਾ ਦਿਓ, ਮੈਂ ਉਹਦੇ 'ਚ ਜ਼ਿਆਦਾ ਖੁਸ਼ ਹੋਊਂਗਾ। ਨਾ ਮੈਨੂੰ ਗਿਫਟ ਦੇਣ ਦੀ ਕੋਸ਼ਿਸ਼ ਕਰੀਓ, ਨਾ ਮੈਨੂੰ ਮਿਲਣ ਦੀ ਕੋਸ਼ਿਸ਼ ਕਰੀਓ, ਮਿਲ ਲਈਓ ਮੈਂ ਹੋਸਪਿਟਲਾਂ 'ਚ ਹੋਣਾ ਉਸ ਦਿਨ ਵੀ। ਪਰ ਜਿਹੜੀ ਗੱਲ ਹੈ ਮੇਰਾ ਜਨਮ ਦਿਨ ਦੀ, ਮੈਂ ਡੇਟ ਵੀ ਨਹੀਂ ਬੋਲਣੀ ਕਿਉਂਕਿ ਕਈਆਂ ਨੂੰ ਕਨਫਰਮ ਨਹੀਂ ਹੈਗੀ, ਬਸ 4-5 ਦਿਨਾਂ 'ਚ ਹਫ਼ਤੇ 'ਚ ਆਉਣ ਲੱਗਾ। ਕੋਈ ਵੀ ਮੇਰਾ ਵੀਰ ਇੱਕ ਰੁਪਈਆ ਵੀ ਖਰਾਬ ਨਾ ਕਰੇ ਕਿਤੇ ਵੀ, ਜੇ ਕੇਕ ਕੱਟਦੇ ਵੀ ਹੋ ਤਾਂ ਆਪਣੇ ਸ਼ਹਿਰ ਦੇ ਵਿੱਚ ਕਿਸੇ ਗਰੀਬ ਬੱਚਿਆਂ ਨਾਲ ਕੇਕ ਕੱਟ ਲਿਓ। ਮੈਂ ਤੁਹਾਨੂੰ ਰੱਬ ਮੰਨਦਾ ਅਤੇ ਰੱਬ ਦਾ ਦਰਜਾ ਉਹਦੇ ਲਈ ਹੈ ਕਿ ਤੁਸੀਂ ਆਪਣੇ ਪੈਸੇ ਉੱਥੇ ਲਾਓ ਜਿੱਥੇ ਵਾਕਈ ਲੋੜ ਹੈ। ਬੜੀ ਦੁਨੀਆ ਨੂੰ ਸਮਝਾ ਰਿਹਾ ਵਿੱਚੋਂ 1% ਸਮਝ ਰਹੇ ਅਤੇ ਬੜੀਆਂ NGO ਦੀ ਖੁਸ਼ੀ ਦੀ ਗੱਲ ਹੈ, ਸ਼ੁਰੂ ਵੀ ਹੋ ਚੁੱਕੀਆਂ ਵੀ ਡੋ ਨੋਟ ਅਸੈਪਟ ਮਨੀ ਔਰ ਥਿੰਗਸ ਇੰਡੀਆ ਦੇ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਚੱਲ ਰਹੀਆਂ ਅਤੇ ਉਹ ਸ਼ਹਿਰਾਂ ਵਾਲੇ ਲੋਕਾਂ ਨੂੰ ਬੇਨਤੀ ਹੈ ਕਿ ਜੇ ਤੁਹਾਡੇ ਸ਼ਹਿਰ 'ਚ ਕੋਈ ਮੁੰਡਾ NGO ਚਲਾ ਰਿਹਾ ਤਾਂ ਉਹਦਾ ਸਾਥ ਦਿਓ। ਲੁਧਿਆਣੇ 'ਚ ਤਾਂ ਚਲੋ ਅਸੀਂ ਇੱਕ ਛੋਟੀ ਜਿਹੀ ਮਤਲਬ ਜਿਹੜੀ ਰੱਬ ਨੇ ਔਕਾਤ ਬਖਸ਼ੀ ਹੋਈ ਆ ਉਹਦੇ ਹਿਸਾਬ ਨਾਲ ਤਾਂ ਕੁਛ ਵੀ ਨਹੀਂ ਅਸੀਂ ਅਤੇ ਨਿਭਾ ਰਹੇ ਹਾਂ, ਫਿਰ ਵੀ ਜੇ ਕੋਈ ਕਮੀ ਪੇਸ਼ੀ ਰਹਿ ਗਈ ਹੋਵੇ ਤਾਂ ਮਾਫ਼ੀ ਚਾਹੂੰਗਾ ਕਿਉਂਕਿ ਜਿਸ ਹਿਸਾਬ ਨਾਲ ਪੇਸ਼ੈਂਟ ਅਸੀਂ ਸਾਰਿਆਂ ਦੀ ਹੈਲਪ ਨਹੀਂ ਕਰ ਪਾਉਂਦੇ ਬ੍ਰਦਰ, ਅਤੇ ਜੇ ਕੋਈ ਪੇਸ਼ੈਂਟ ਨਹੀਂ ਕਰ ਪਾਉਂਦੇ ਤਾਂ ਉਹਦੇ ਲਈ ਮਾਫ਼ੀ ਹੈ, ਜਿੰਨੇ ਵੱਧ ਤੋਂ ਵੱਧ ਹੋ ਰਹੇ ਕਰ ਰਹੇ ਹਾਂ। ਅਤੇ ਜਰਮਨ ਵਾਲੇ ਭਾਅ ਜੀ ਦਾ ਥੈਂਕ ਯੂ ਕਿ ਤੁਹਾਡੀ ਪੇਮੈਂਟ ਸਾਡੇ ਕੋਲ ਪਹੁੰਚ ਗਈ ਸੀ। ਜਰਮਨ ਵਾਲੇ ਭਾਅ ਜੀ ਦੇ ਬਾਰੇ ਮੈਂ ਦੱਸ ਦੇਣਾ, ਮਨਾ ਕੀਤਾ ਸੀ ਦੱਸਣਾ ਨਹੀਂ, ਉਹਨਾਂ ਨੇ 50-60 ਹਜ਼ਾਰ ਰੁਪਏ ਆਪਣੇ ਕਿਸੇ ਦੋਸਤ ਨੂੰ ਭੇਜਿਆ ਸੀ ਲੁਧਿਆਣੇ, ਅਤੇ ਸਾਨੂੰ ਉਹਨਾਂ ਦਾ ਫੇਸ ਵੀ ਨਹੀਂ ਪਤਾ ਕਿ ਕੌਣ ਸੀ। ਉਹ ਸਾਡੇ ਕੋਲ ਆਉਂਦੇ ਸੀ, ਪੇਸ਼ੈਂਟ ਨੂੰ ਪੈਸੇ ਦੇ ਕੇ ਚਲੇ ਜਾਂਦੇ ਸੀਗੇ। ਅਤੇ ਸਾਰੇ NRI ਵੀਰਾਂ ਦਾ ਥੈਂਕ ਯੂ, ਜੇ ਕੋਈ ਵੀ NRI ਵੀਰ ਜਦੋਂ ਵੀ ਇੰਡੀਆ ਚੱਕਰ ਲਾਉਂਦਾ ਤਾਂ ਸਾਨੂੰ ਜ਼ਰੂਰ ਮਿਲੇ, ਅਤੇ ਜਾਂ ਆਪਣੇ ਕਿਸੇ ਰਿਸ਼ਤੇਦਾਰ ਨੂੰ ਸਾਡੇ ਕੋਲ ਭੇਜ ਦੇਵੇ। ਅਤੇ ਸਾਡਾ ਕੋਈ ਅਕਾਊਂਟ ਨੰਬਰ ਨਹੀਂ ਹੈਗਾ, ਪਲੀਜ਼ ਮਿਸਯੂਜ਼ ਨਾ ਹੋਵੇ ਸਾਡੀ ਡੋਨੇਸ਼ਨ ਦਾ, ਕਿ ਕਿਸੇ ਦੇ ਹੱਥ 'ਚ ਪੈਸਾ ਨਹੀਂ ਫੜਾਉਣਾ, ਨਾ ਮੇਰੇ ਟੀਮ ਮੈਂਬਰ ਦੇ, ਨਾ ਮੇਰੇ, ਨਾ ਕੋਈ ਅਕਾਊਂਟ 'ਚ, ਨਾ ਕੋਈ ਡਾਇਰੈਕਟ। ਪੇਸ਼ੈਂਟ ਮਿਲਾਵਾਂਗੇ, ਜਿੱਦਾਂ ਪੇਸ਼ੈਂਟ ਖੜ੍ਹੇ ਤੁਹਾਨੂੰ ਸਾਰੇ ਦਿਖਾਉਂਦੇ ਹਾਂ, ਪੇਸ਼ੈਂਟਾਂ ਦੇ ਹੱਥਾਂ 'ਚ ਦੇਖ ਕੇ ਜਾਣੇ, ਨਾਲ 4 ਮਿੰਟ ਬਹਿ ਕੇ ਪੁੱਛ ਕੇ ਵੀ ਜਾਇਆ ਕਰੋ ਕਿ ਇਹ ਪੇਸ਼ੈਂਟ ਨੂੰ ਕੀ ਦੁੱਖ ਹੈ, ਸ਼ਾਇਦ ਤੁਹਾਨੂੰ ਘਰ ਜਾ ਕੇ ਆਪਣੇ ਦੁੱਖ ਕੁਛ ਲੱਗਣ। ਬਾਕੀ ਅੰਕਿਤ ਵੀਰੇ ਜ਼ਰੂਰ ਯਾਰ ਆ ਜਾ ਵਾਪਸ। ਥੈਂਕ ਯੂ।